ਪੰਜਾਬੀ ਵਾਹਿਦ ਇੱਕ ਬੋਲੀ ਹੈ ਜਿਹਨੂੰ ਦੋ ਲਿਪੀਆਂ 'ਚ ਲਿਖਿਆ ਜਾਂਦਾ, ਸ਼ਾਮਖੀ ਅਤੇ ਗੁਰਮੁਖੀ, ਹੈ ਨਾ। ਇੱਕ ਸਾਂਝੀ ਕਿਤਾਬ ਲਿਖੀ ਜਾਵੇ ਦੋਨੇ ਪੰਜਾਬਾਂ ਦੀ, ਸੋ ਫਿਰ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਸ਼ਾਮਖੀ ਨੂੰ ਨਾਲ ਐਡ ਕਰਦੇ ਹਾਂ। एक राइटर कहते जो लिखता है जां एक गीतकार जो गाना लिखता तो उसके पीछे दर्द होता ज़्यादातर, थोड़े पीछे की सी कोई चीज़ मेरे दिल नूं टच कर गई, जरूरी नहीं वो मेरी होवे पर जेड़ी मैं छू के निकल गई मेरे ब्रेन नूं, मेरी सोच नूं, फिर वो मेरी बन जाती है। शब्द तो सारे को होंगे ने पर प्रॉपर एक राइम दे विच सैट करना, ये तमाम चीज़ा जी इन तो मेहनत लगती है। कोई चीज़ आप कि पढ़ी हुई है लिखते हैं लगता भी नहीं है, उसकी कॉपी तो नहीं, कुछ नव करो। अगे अगे बुढ़े हो के फिर सू लाइम लाइट रहने लिये थोड़े को की है, कुछ नहीं, फिर आप एक एक किताब छाप दे जाओ क्योंकि थोड़ा लगता है तुम्हें बुढ़े होना है। होना तो नहीं चाहती पर हो ही जाऊंगी। ये पॉजिटिविटी का की राज है? हजारों लोग चल रहे हैं, हजारों लोग स्ट्रगल कर रहे हैं, काम कर रहे हैं, अपना की करना, अपना ध्यान उत्थे रखो। अखर लिख लिख शब्द बनाए, शब्द लिख लिख वाक, वाकां दे नाल बनिया लिखता, लिखता दे नाल किताब, किताब च दीप गिलदा आपा जिवें बलदा कोई चिराग। ये शब्द ने दीप गिल पांगलियां दे ते वो मेरे नाल इस समय मौजूद ने, एक लेखक भी ने, गीतकार भी ने, ते हुण फिल्म भी उन्हां दे वल्लों एक लिखी गई है ते नाल दी नाल फिल्मां डायरैक्ट भी करन लग गए ने। इस खास शख्सियत दे नाल ही अज तुहाडी मुलाकात करवावांगे। सब तो पहला उन्हां दा स्वागत करदे हां, बहुत बहुत स्वागत है मैम। थैंक यू नवजोत जी, सत श्री अकाल सारियां नूं, ऑडियंस नूं, तुहानूं। किताब तुसी बहुत सोहनी लिखी है, किताब दा नाम ही बहुत प्यारा है, अखरां दे रथ। ते यही मैं चाहूँगी कि तुसी दस्सियो पहलां कि किताब इस करके भी बहुत खूबसूरत है क्योंकि जिथे पंजाबी गुरमुखी दे विच इह छपी है उत्थे ही इसनूं शाहमुखी दे विच भी छापिया गया, ते इस दे पिछे की सोच सी ओह आपां मैम तों पुछदे हां कि तुसी क्यों इसनूं शाहमुखी च छापिया। नवजोत जी, मैं असल दे विच समूह ਪੰਜਾਬੀਆਂ ਲਈ ਲਿਖਣਾ ਚਾਹੁੰਦੀ ਸੀਗੀ। ਪੰਜਾਬੀ ਹੁਣ ਆਪਾਂ ਜਿਵੇਂ ਇਸ ਇੱਧਰਲੇ ਪੰਜਾਬ ਵਾਲੇ ਆਪਾਂ ਸਾਰੇ ਗੁਰਮੁਖੀ 'ਚ ਪੰਜਾਬੀ ਲਿਖਦੇ ਹਾਂ ਨਾ, ਪਾਕਿਸਤਾਨ ਦੇ ਵਿੱਚ ਸ਼ਾਹਮੁਖੀ 'ਚ ਪੰਜਾਬੀ ਲਿਖੀ ਜਾਂਦੀ ਆ। ਪੰਜਾਬੀ ਵਾਹਿਦ ਇੱਕ ਬੋਲੀ ਹੈ ਜਿਹਨੂੰ ਦੋ ਲਿਪੀਆਂ 'ਚ ਲਿਖਿਆ ਜਾਂਦਾ, ਸ਼ਾਹਮੁਖੀ ਅਤੇ ਗੁਰਮੁਖੀ, ਹੈ ਨਾ। ਸੋ ਫਿਰ ਜੇ ਮੈਂ ਹੁਣ ਗੁਰਮੁਖੀ 'ਚ ਲਿਖਦੀ ਤਾਂ ਆਪਣੇ ਪੰਜਾਬ ਦੇ ਪੰਜਾਬੀ ਪੜ੍ਹ ਸਕਦੇ ਹਾਂ ਨਾ। ਅਤੇ ਮੈਂ ਦੁਬਈ ਰਹੀ ਹਾਂ, ਜ਼ਿਆਦਾਤਰ ਮੈਂ ਉੱਥੇ ਕੰਮ ਕੀਤਾ ਅਤੇ ਪਾਕਿਸਤਾਨੀ ਪੰਜਾਬ ਦੇ ਬਹੁਤ ਸਾਰੇ ਲੋਕ ਉੱਧਰ ਰਹਿੰਦੇ ਆ, ਲਾਹੌਰ ਤੋਂ ਹੋਰ ਸਾਰਾ ਮੇਰਾ ਅੱਛਾ ਫਰੈਂਡ ਸਰਕਲ ਆ। ਅਤੇ ਫਿਰ ਮੈਨੂੰ ਲੱਗਿਆ ਵੀ ਨਹੀਂ ਇੱਕ ਸਾਂਝੀ ਕਿਤਾਬ ਲਿਖੀ ਜਾਵੇ ਦੋਨੇ ਪੰਜਾਬਾਂ ਦੀ, ਸੋ ਫਿਰ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਸ਼ਾਹਮੁਖੀ ਨੂੰ ਨਾਲ ਐਡ ਕਰਦੇ ਹਾਂ, ਅਤੇ ਫਿਰ ਰੈਡੀ ਹੋ ਗਈ। ਕਵਿਤਾਵਾਂ ਤੁਸੀਂ ਲਿਖੀਆਂ ਨੇ ਅਤੇ ਜਿਵੇਂ ਮੈਂ ਇਹਨਾਂ ਨੂੰ ਪੜ੍ਹਿਆ ਅਤੇ ਉਹਦੇ ਵਿੱਚ ਮੈਨੂੰ ਇਹ ਲੱਗਿਆ ਵੀ ਤੁਸੀਂ ਇੱਕ ਤਾਂ ਇਹ ਕਿ ਮੁਹੱਬਤ ਦੇ ਵਿੱਚ ਲਿਖੀਆਂ ਗਈਆਂ ਨੇ, ਦਿਲ ਟੁੱਟਿਆ ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਅੱਖਰਾਂ ਦਾ ਰੂਪ ਜਿਹੜਾ ਉਹ ਦਿੱਤਾ ਗਿਆ, ਹੈ ਨਾ। ਐਕਸਪੀਰੀਅੰਸ ਮੈਂ ਤੁਹਾਡਾ ਜਾਣਨਾ ਚਾਹੂੰਗੀ ਕਿ ਇੰਨੀਆਂ ਕਵਿਤਾਵਾਂ ਲਿਖ ਦਿੱਤੀਆਂ ਤੁਸੀਂ ਕਿਤਾਬ ਦੇ ਵਿੱਚ, ਉਸ ਦੇ ਪਿੱਛੇ ਕਿਉਂਕਿ ਇੱਕ ਰਾਈਟਰ ਕਹਿੰਦੇ ਜਦੋਂ ਲਿਖਦਾ ਹੈ ਜਾਂ ਇੱਕ ਗੀਤਕਾਰ ਜਦੋਂ ਗਾਣਾ ਲਿਖਦਾ ਤਾਂ ਉਹਦੇ ਪਿੱਛੇ ਦਰਦ ਹੁੰਦਾ ਜ਼ਿਆਦਾਤਰ, ਗੀਤਕਾਰਾਂ ਦੇ ਪਿੱਛੇ, ਹੈ ਨਾ, ਦਰਦ ਹੁੰਦਾ, ਤੁਹਾਡੇ ਪਿੱਛੇ ਕੀ ਸੀ ਇਹਦੇ ਵਿੱਚ? ਜੇ ਹੈ ਨਾ, ਚਲੋ ਮੌਕਾ ਤੁਹਾਨੂੰ ਹਜੇ ਥੋੜ੍ਹਾ ਹੀ ਮਿਲਿਆ ਨਾ, ਇਹਦੇ ਵਿੱਚ ਜੀ ਆਪਣਾ ਨਿੱਜ ਤੋਂ ਲੈ ਕੇ ਪਰ ਤੱਕ ਦਾ ਸਫ਼ਰ ਆ ਬੁੱਕ ਦੇ ਵਿੱਚ। ਇਹਦੇ ਵਿੱਚ ਸੋਸ਼ਲ ਵੀ ਨੇ, ਇਹਦੇ ਵਿੱਚ ਤੁਹਾਡੀਆਂ ਲਾ ਲਓ ਸੂਫੀ ਵੀ ਨੇ, ਅਤੇ ਇਹਦੇ ਵਿੱਚ ਸਾਡੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਗੱਲ ਕੀਤੀ ਗਈ ਆ, ਦੋਨਾਂ ਪੰਜਾਬਾਂ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਗੱਲ ਕੀਤੀ ਗਈ ਆ। ਸੋ ਰਾਈਟਰ ਹਮੇਸ਼ਾ ਆਲੇ ਦੁਆਲੇ ਤੋਂ ਸਿੱਖਦੇ ਆ ਲੇਖਕ, ਹੈ ਨਾ। ਮੇਰੇ ਨਾਲ ਤੁਸੀਂ ਕਿਤੇ ਵੀ ਕੋਈ ਬੈਠ ਕੇ ਕੋਈ ਵੀ ਗੱਲ ਕਰਦਾ ਹੋਊਗਾ, ਕੋਈ ਚੀਜ਼ ਮੇਰੇ ਦਿਲ ਨੂੰ ਟੱਚ ਕਰ ਗਈ, ਜ਼ਰੂਰੀ ਨਹੀਂ ਉਹ ਮੇਰੀ ਹੋਵੇ ਪਰ ਜਿਹੜੀ ਮੈਨੂੰ ਛੂਹ ਕੇ ਨਿਕਲ ਗਈ ਮੇਰੇ ਬ੍ਰੇਨ ਨੂੰ, ਮੇਰੀ ਸੋਚ ਨੂੰ, ਫਿਰ ਉਹ ਮੇਰੀ ਬਣ ਜਾਂਦੀ ਆ। ਫਿਰ ਜਦ ਤੱਕ ਉਹਨੂੰ ਮੈਂ ਨਾ ਲਿਖਾਂ ਤਾਂ ਫਿਰ ਮੇਰੇ ਦਿਮਾਗ ਨੂੰ ਚੈਨ ਨਹੀਂ ਮਿਲਦਾ। ਸੋ ਇਸ ਕਰਕੇ ਫਿਰ ਜਿਹੜਾ ਵੀ ਸਬਜੈਕਟ, ਮਤਲਬ ਮੈਂ ਹਰ ਸਬਜੈਕਟ 'ਤੇ ਲਿਖਦੀ ਹਾਂ, ਇਹ ਨਹੀਂ ਵੀ ਇੱਕ ਚੀਜ਼ 'ਤੇ ਨਹੀਂ, ਹੈ ਨਾ। ਇਹ ਬੈਕਗਰਾਊਂਡ ਸੀ ਘਰ ਤੋਂ, ਮਤਲਬ ਕਿਤਾਬਾਂ ਦੇ ਨਾਲ ਜੁੜੇ ਹੋਏ ਘਰ ਦੇ ਵਿੱਚ ਮਾਪੇ ਜਾਂ ਫਿਰ ਕੋਈ ਹੋਰ ਸਕੂਲ ਦੇ ਵਿੱਚ ਕੋਈ ਦੋਸਤ ਵੀ ਤੁਸੀਂ ਵੀ ਕਿਤਾਬਾਂ ਦੇ ਵੱਲ ਤੁਹਾਡਾ ਮੋਹ ਜਿਹੜਾ ਉਹ ਪਿਆ? ਮੇਰੇ ਚਾਚਾ ਜੀ। ਅੱਛਾ। ਲਾਇਬ੍ਰੇਰੀ 'ਚ ਹਰ ਦਿਨ ਇੱਕ ਕਿਤਾਬ ਇਸ਼ੂ ਕਰਾ ਕੇ ਲਿਆਉਂਦੀ ਸੀ, ਉਹ ਮੈਂ ਪੜ੍ਹਨੀ ਉੱਥੇ ਖਾਲੀ ਪੀਰੀਅਡਸ ਦੇ ਵਿੱਚ, ਅਤੇ ਘਰ ਫਿਰ ਚਾਚਾ ਜੀ ਨੇ ਪੜ੍ਹਨੀ ਪੂਰੀ ਰਾਤ 'ਚ, ਦੂਜੇ ਦਿਨ ਮੋੜ ਕੇ ਦੂਜੀ ਲਿਆਉਣੀ,
ਅਤੇ ਇਹ ਮੈਨੂੰ ਚਾਚਾ ਜੀ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਲੱਗਿਆ ਅਤੇ ਉਹ ਜਿਹੜਾ ਅੱਗੇ ਅੱਗੇ ਜਾ ਕੇ ਲਿਖਣ ਦੇ ਵਿੱਚ ਇੱਕ ਇਹ ਵੀ ਹੁੰਦਾ ਨਾ ਕਿ ਚਲੋ ਪੜ੍ਹਦੇ ਤਾਂ ਆਪਾਂ ਸਾਰੇ ਹੀ ਹੁੰਦੇ ਹਾਂ ਨਾ ਤਾਂ ਪੜ੍ਹ ਲੈਂਦੇ ਹਾਂ, ਪਰ ਉਹ ਫਿਰ ਵੀ ਇੱਕ ਤੁਸੀਂ ਜਿਵੇਂ ਤੁਸੀਂ ਮੈਂ ਤੁਹਾਡੀ ਉਹ ਪਹਿਲਾਂ ਪੜ੍ਹਿਆ ਹੈ ਨਾ ਪੂਰਾ ਕਿ ਤੁਸੀਂ ਲਿਖਿਆ ਵੀ ਅੱਖਰ ਲਿਖ ਲਿਖ ਸ਼ਬਦ ਬਣਾਏ, ਸ਼ਬਦ ਬਣ ਜਾਂਦੇ ਹੁੰਦੇ ਨੇ ਪਰ ਫਿਰ ਉਹਨੂੰ ਵਾਕ ਬਣਾਉਣਾ, ਵਾਕ ਤੋਂ ਫਿਰ ਉਹਨੂੰ ਇੱਕ ਕਵਿਤਾ ਦਾ ਰੂਪ ਦੇਣਾ, ਇਹ ਬੜਾ ਔਖਾ ਆ, ਇਹ ਸੌਖਾ ਨਹੀਂ ਹੈ। ਵੀ ਸ਼ਬਦ ਤਾਂ ਸਾਰਿਆਂ ਕੋਲ ਹੁੰਦੇ ਨੇ ਪਰ ਉਹਨੂੰ ਪ੍ਰੋਪਰ ਇੱਕ ਰਾਈਮ ਦੇ ਵਿੱਚ ਸੈੱਟ ਕਰਨਾ, ਇਹ ਤਮਾਮ ਚੀਜ਼ਾਂ ਜਿਹੜੀ ਇਹਨਾਂ ਲਈ ਤਾਂ ਮਿਹਨਤ ਲੱਗਦੀ ਆ। ਹਾਂਜੀ ਮਿਹਨਤ ਤਾਂ ਲੱਗਦੀ ਆ, ਪਰ ਮੈਂ ਤੁਹਾਨੂੰ ਨਾ ਇੱਕ ਚੀਜ਼ ਆਪਣੇ ਬਾਰੇ ਦੱਸਦੀ ਹਾਂ। ਮੈਂ ਸਾਰੇ ਜਣੇ ਕਹਿੰਦੇ ਹੁੰਦੇ ਵੀ ਆਪਾਂ ਜ਼ਿਆਦਾ ਪੜ੍ਹੀਏ ਅਤੇ ਲਿਖੀਏ, ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹਦੇ 'ਚ ਕੋਈ ਪੋਇਟਰੀ ਦੀ ਬੁੱਕ ਨਹੀਂ ਸੀ। ਵਾਰਤਕ ਪੜ੍ਹਦੇ ਰਹੇ? ਵਾਰਤਕ ਪੋਇਟਰੀ ਓਨੀ ਉਹ ਜਿੰਨੀ ਮੇਰੇ ਸਿਲੇਬਸ ਵਿੱਚ ਸੀਗੀ। ਵਾਰਤਕ ਮਤਲਬ ਮੈਂ ਕਹਾਣੀਆਂ ਅਤੇ ਨੋਵਲ ਪੜ੍ਹਦੀ ਸੀ, ਔਰ ਮੈਂ ਵਾਰਤਕ ਲਿਖਦੀ ਹਾਂ, ਮੈਂ ਹੁਣ ਲੇਖ ਲਿਖਦੀ ਹਾਂ ਅਤੇ ਕਵਿਤਾਵਾਂ ਲਿਖਦੀ ਹਾਂ। ਮੈਂ ਕਹਾਣੀਆਂ ਹੁਣ ਫਿਲਮੀ ਸ਼ੁਰੂ ਕੀਤੀਆਂ ਅਤੇ ਮੈਂ ਨਾਵਲ ਉਹਨਾਂ ਚੀਜ਼ਾਂ ਬਾਰੇ ਮੈਂ ਸੋਚਦੀ ਨਹੀਂ, ਮਤਲਬ ਜੋ ਮੈਂ ਪੜ੍ਹਿਆ ਉਹਨਾਂ ਬਾਰੇ ਮੈਂ ਲਿਖਣ ਦਾ ਨਹੀਂ ਸੋਚਦੀ, ਜੋ ਮੈਂ ਪੜ੍ਹਿਆ ਨਹੀਂ ਮੈਂ ਉਹ ਲਿਖ ਰਹੀ ਹਾਂ। ਮਤਲਬ ਹਰ ਵਾਰ ਕੁਛ ਨਵਾਂ ਟਰਾਈ ਕਰਨਾ? ਹਾਂਜੀ, ਕਿਉਂਕਿ ਮੈਨੂੰ ਐਂ ਵੀ ਲੱਗਦਾ ਹੁੰਦਾ ਕੋਈ ਚੀਜ਼ ਆਪਾਂ ਕਿਤੇ ਪੜ੍ਹੀ ਹੋਈ ਹੈ ਲਿਖਦੇ ਹਾਂ, ਲੱਗਦਾ ਵੀ ਨਹੀਂ ਇਹ ਉਹਦੀ ਕਾਪੀ ਤਾਂ ਨਹੀਂ, ਕੁਛ ਨਵਾਂ ਕਰੋ। ਫਿਰ ਨਵਾਂ ਉਹੀ ਕਰੋ ਕਿ ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ, ਤਾਂ ਹੀ ਉਹ ਨਵਾਂ ਹੋਊਗਾ। ਜੇ ਆਪਾਂ ਮਤਲਬ ਮੈਂ ਵੀ ਹੋ ਸਕਦਾ ਕਵਿਤਾਵਾਂ ਪੜ੍ਹਦੀ ਤਾਂ ਸ਼ਾਇਦ ਮੈਂ ਤੋਂ ਲਿਖੀ ਨਾ ਜਾਂਦੀ, ਮੈਨੂੰ ਕਿਤੇ ਨਾ ਕਿਤੇ ਲੱਗਣਾ ਸੀ ਵੀ ਆਹ ਚੀਜ਼ ਤਾਂ ਮੈਂ ਉੱਥੇ ਪੜ੍ਹੀ ਹੋਈ ਸੀ। ਓਕੇ, ਅਤੇ ਫਿਰ ਮੈਨੂੰ ਉਹ ਚੀਜ਼ ਦਾ ਹੋ ਜਾਂਦਾ ਵੀ ਨਹੀਂ ਬਈ ਮੌਲਿਕ ਹੋਣੀ ਚਾਹੀਦੀ ਆ, ਨਵੀਂ ਹੋਣੀ ਚਾਹੀਦੀ ਆ, ਦਰਸ਼ਕ ਨੇ ਨਵਾਂ ਦੇਖਣ ਹੈ ਨਾ ਅਤੇ ਪਾਠਕ ਨੇ ਉਹ ਨਵਾਂ ਪੜ੍ਹਨ। ਜੇ ਚਲੋ ਠੀਕ ਆ ਪੁਰਾਣੀ ਚੀਜ਼ ਵੀ ਲੱਗਦਾ ਆਪਾਂ ਨੂੰ, ਘੱਟੋ ਘੱਟ ਉਹਦੀ ਸਜਾਵਟ ਨਵੀਂ ਕੀਤੀ ਹੋਵੇ। ਅਤੇ ਫਿਰ ਕਿਤਾਬ ਤੋਂ ਬਾਅਦ ਗੀਤਕਾਰੀ ਵੱਲ, ਅਤੇ ਫਿਰ ਗੀਤਕਾਰੀ ਤੋਂ ਹੁਣ ਫਿਲਮ ਲਿਖਣਾ, ਫਿਲਮ ਨੂੰ ਡਾਇਰੈਕਟ ਕਰਨਾ, ਇਹ ਵਾਲਾ ਸਫ਼ਰ ਕਿਵੇਂ ਸ਼ੁਰੂ ਹੋਇਆ? ਨਵਜੋਤ ਜੀ, ਅਸਲ ਵਿੱਚ ਮੈਂ ਫਿਲਮ ਇੰਡਸਟਰੀ ਨਾਲ, ਮਿਊਜ਼ਿਕ ਇੰਡਸਟਰੀ ਨਾਲ ਕਾਫੀ ਟਾਈਮ ਤੋਂ ਜੁੜੀ ਹੋਈ ਹਾਂ। ਮੈਂ ਸ਼ੌਂਕ ਸੀਗਾ ਪਹਿਲਾਂ, ਫਿਰ ਮੈਂ ਸ਼ੌਂਕ ਦੇ ਵਿੱਚ ਕੁਛ ਸੌਂਗ ਵੀ ਮਾਡਲਿੰਗ ਵੀ ਕੀਤੀ ਸੀਗੀ, ਉਸ ਤੋਂ ਬਾਅਦ ਮੈਂ ਚਲੋ ਸਟੱਡੀ ਵੀ ਸੀ, ਫਿਰ ਮੈਂ ਦੁਬਈ ਚਲੇ ਗਈ ਜੋਬ ਕੀਤੀ, ਅਤੇ ਉਸ ਤੋਂ ਪਹਿਲਾਂ ਜਲੰਧਰ ਦੂਰਦਰਸ਼ਨ ਤੋਂ ਮੈਂ ਐਂਕਰਿੰਗ ਵੀ ਕੀਤੀ ਸੀ, ਇੱਕ ਸੀਰੀਅਲ ਵੀ ਕੀਤਾ ਸੀ ਪੰਜਾਬ 'ਚ ਮੋਸਟ ਵਾਂਟਡ ਨੂੰ। ਸੋ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਚੀਜ਼ ਸੀ ਕਿ ਮੈਂ ਕਰਨਾ ਕੁਛ ਹੈ ਨਾ ਜੀ। ਫਿਰ ਦੁਬਈ ਤੋਂ ਵਾਪਸ ਆਈ, ਵਾਪਸ ਆ ਕੇ ਮੈਂ ਦੁਬਾਰਾ ਇੱਥੇ ਸਟਰਗਲ ਸ਼ੁਰੂ ਕੀਤਾ, ਫਿਲਮ ਬਣਾਈ ਰਾਮੂ ਕੀ ਬੀਵੀ, ਫਿਲਮ ਫੈਸਟੀਵਲ 'ਚ ਭੇਜਿਆ, ਹੁਣੀ ਆਪਾਂ ਨੂੰ ਰਿਲੀਜ਼ ਵੀ ਕਰਾਂਗੇ। ਫਿਰ ਕਰੋਨਾ ਆ ਗਿਆ, ਫਿਰ ਮੈਂ ਕੀਤਾ ਐਜ਼ ਆ ਫਿਲਮ ਜਰਨਲਿਜ਼ਮ ਦੇ ਵਿੱਚ ਵੀ ਕੰਮ ਕੀਤਾ, 2.5 ਸਾਲ ਤੱਕ ਮੈਂ ਪ੍ਰਿੰਟ ਮੀਡੀਆ ਦੇ ਵਿੱਚ ਕੰਮ ਕੀਤਾ। ਓਕੇ, ਤਕਰੀਬਨ ਸਾਡੀ ਲਾਈਨ ਵਾਲੇ ਹੋ ਤੁਸੀਂ। ਹਾਂਜੀ, ਹਰ ਆਰਟਿਸਟ ਬਾਰੇ ਮੈਂ ਲਿਖਿਆ, ਉਹਦੇ ਵਿੱਚ ਮੇਰਾ ਕੰਮ ਮੇਨ ਤਾਂ ਸੀ ਐਕਟਿੰਗ ਦਾ, ਮੈਨੂੰ ਸ਼ੌਂਕ ਸੀਗਾ, ਪਰ ਉਹ ਜਿਨ੍ਹਾਂ ਲਈ ਮੈਂ ਕੰਮ ਕਰਦੀ ਸੀਗੀ ਸਮਝ ਲਓ ਫ੍ਰੀ ਆਫ ਕੋਸਟ ਹੀ ਸੀਗਾ, ਉਹਨਾਂ ਨੂੰ ਲੱਗਿਆ ਕਿ ਨਹੀਂ ਇਹਦੇ 'ਚ ਰਾਈਟਿੰਗ ਦਾ ਟੈਲੈਂਟ ਆ, ਕਿਉਂ ਨਾ ਅਸੀਂ ਇਹਨੂੰ ਆਪਣੇ ਲਈ ਹੀ ਵਰਤੀਏ। ਓਕੇ, ਅਤੇ ਮੈਗਜ਼ੀਨ ਵੱਲੋਂ ਉਹਨਾਂ ਨੇ ਮੈਨੂੰ ਕੋਈ ਔਫਰ ਵੀ ਦਿੱਤੀ ਸੀ ਹੈ ਨਾ ਵੀ ਇਹਦੇ 'ਚ ਤੁਸੀਂ ਆ ਜਾਓ, ਤਾਂ ਮੇਰਾ ਕੰਮ ਮੈਗਜ਼ੀਨ ਤੱਕ ਨਹੀਂ ਸੀਗਾ, ਅਤੇ ਮੇਰਾ ਕੰਮ ਸੀ ਕਿ ਮੈਂ ਫਿਲਮ ਲਾਈਨ 'ਚ ਕੁਛ ਕ੍ਰੀਏਟਿਵ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਮੈਨੂੰ ਫਿਲਮ ਲਾਈਨ ਦੇ ਵਿੱਚ ਮੈਨੂੰ ਕਹਿੰਦੇ ਹਾਂ ਹਾਂ ਅਸੀਂ ਭੁੱਲ ਗਏ ਹੋ ਗਿਆ, ਈਵਨ ਕਿ ਮੈਨੂੰ ਪਤਾ ਲੱਗਿਆ ਜਿਹੜੇ ਮੈਨੂੰ ਪ੍ਰੋਜੈਕਟ ਮਿਲਦੇ ਵੀ ਸੀ ਉਹ ਬੰਦ ਕਰਾ ਦਿੰਦੇ ਸੀਗੇ। ਫਿਰ ਮੈਂ ਉਹਨਾਂ ਦਾ ਕੰਮ ਬੰਦ ਕਰਤਾ, ਬੰਦ ਕਰਨ ਤੋਂ ਬਾਅਦ ਚਲੋ ਐਂਟੀ ਹੋਏ, ਫਿਰ ਮੈਂ ਆਪਣੇ ਗਾਣੇ ਲਿਖਣੇ ਸ਼ੁਰੂ ਕੀਤੇ, ਫਿਲਮਾਂ ਬੁੱਕ ਵੀ ਇਸੇ ਲਈ ਲਿਖੀ ਸੀ, ਕਿਸੇ ਨੇ ਮੈਨੂੰ ਕਹਿਤਾ ਸੀ ਵੀ ਤੇਰੀ ਪ੍ਰੋਫਾਈਲ ਨਹੀਂ ਆ ਇਹ, 10-12 ਦਿਨ 'ਚ ਲਿਖੀ ਹੋਈ ਬੁੱਕ ਆ, ਮੈਂ ਕਿਹਾ ਚਲੋ ਪਹਿਲਾਂ ਪ੍ਰੋਫਾਈਲ ਹੀ ਬਣਾ ਲਈਏ। ਫਿਰ ਗਾਣੇ ਲਿਖੇ, ਫਿਰ ਫਿਲਮਾਂ ਲਿਖੀਆਂ, ਲੋਕਡਾਊਨ 'ਚ ਵੀ ਫਿਲਮ ਲਿਖੀ ਮੈਲਾ ਰੱਬ ਚੌਪਾਲ 'ਤੇ ਪਈ ਆ, ਉਹਦੇ ਨਾਲ ਮਤਲਬ ਲਾ ਲਓ ਜਿਹੜੀ ਉਹ ਕੰਪਨੀ ਸੀ ਮੇਰਾ 10-11 ਫਿਲਮਾਂ ਦੇ ਐਗਰੀਮੈਂਟ ਸੀ, ਇੱਕ ਲਿਖ ਲਈ ਸੀ 10 ਹੋਰ, ਅਤੇ ਆਪਣੇ ਫਿਲਮ ਲਾਈਨ ਦੇ ਬੰਦਿਆਂ ਨੇ ਇੰਨੀ ਕਿਰਪਾ ਕੀਤੀ ਕਿ ਮੇਰਾ ਉਹ ਤੜਵਾ ਦਿੱਤਾ ਕੰਟਰੈਕਟ ਉਹਨਾਂ ਦੇ ਨਾਲ। ਫਿਰ ਮੈਨੂੰ ਲੱਗਿਆ ਵੀ ਨਹੀਂ ਕੁਛ ਤਾਂ ਕਰਨਾ, ਇੱਦਾਂ ਤਾਂ ਨਹੀਂ ਹੈ ਨਾ। ਫਿਰ ਆਪਣੇ ਕੋਹੀਨੂਰ ਗਾਣਾ ਵਾਈਟ ਹਿਲ ਤੋਂ ਰਿਲੀਜ਼ ਹੋਇਆ, ਇੰਦਰ ਢਿੱਲੋਂ ਨੇ ਗਾਇਆ ਉਹ ਕੀਤਾ, ਮਾਤਾ ਗੁਜਰੀ ਜੀ ਇੰਦਰ ਢਿੱਲੋਂ ਨੇ ਗਾਇਆ ਉਹ ਕੀਤਾ, ਫਿਰ ਸਤਵਿੰਦਰ ਬਿੱਟੀ ਜੀ ਨੇ ਗਾਇਆ ਮੈਮ ਨੇ ਆਪਣਾ ਕਿਸਾਨ ਸੰਘਰਸ਼ ਦੇ ਉੱਪਰ ਗਾਣਾ, ਹੁਣੇ ਹੁਣੇ ਜੱਸ ਰਿਕਾਰਡ ਵਾਲਿਆਂ ਨੇ ਕੀਤਾ ਡਾਂਗ ਗਾਣਾ, ਕੌਰ ਮਨੀ ਦਾ ਹੋ ਗਿਆ 6-7 ਮਹੀਨੇ। ਫਿਰ ਮੈਨੂੰ ਲੱਗਿਆ ਨਹੀਂ ਕੁਛ ਤਾਂ ਮੈਂ ਕਰ ਸਕਦੀ ਹਾਂ। ਫਿਰ ਮੈਂ ਫਿਲਮ ਰਾਈਟਿੰਗ ਦੇ ਵਿੱਚ ਆਈ, ਇੱਕ ਫਿਲਮ ਆਪਣੀ ਵੈਬ ਸੀਰੀਜ਼ ਆ ਉਹਦੇ ਡਾਇਲੋਗ ਲਿਖੇ, ਉਸ ਤੋਂ ਬਾਅਦ ਫਿਰ ਲੰਬੜਦਾਰੀ, ਲੰਬੜਦਾਰੀ ਮੈਂ ਲਿਖੀ, ਡਾਇਲੋਗ ਮੇਰੀ, ਸਕਰੀਨ ਪਲੇ ਸਾਰਾ ਕੁਛ ਮੇਰਾ ਸੀ, ਮੈਂ ਡਾਇਰੈਕਟ ਨਹੀਂ ਸੀ ਕਰਨੀ, ਪਰ ਕੁਛ ਇੱਦਾਂ ਦਾ ਹਾਲਾਤ ਇੱਦਾਂ ਦੇ ਹੋ ਗਏ ਮੈਨੂੰ ਕਰਨੀ ਪਈ। ਫਿਰ ਬੜਾ ਸਾਰਿਆਂ ਨੇ ਕ੍ਰਿਟੀਸਾਈਜ਼ ਕੀਤਾ, ਕਹਿਣਾ ਸੌਖਾ, ਫਿਲਮ ਬਣਾਉਣੀ ਬਹੁਤ ਔਖੀ ਆ, ਫਿਲਮ ਮੇਕਿੰਗ ਦਾ ਘਰ ਬੜਾ ਦੂਰ ਹੈ, ਹੈ ਨਾ। ਅਤੇ ਮੈਂ ਕਿਹਾ ਚਲੋ ਕੋਈ ਨਹੀਂ, ਐਂਡ ਤੱਕ ਹੋ ਗਿਆ। ਫਿਲਮ ਦੀ ਡੀਲ ਕਰਨ ਗਈ ਉਦੋਂ ਵੀ ਮੇਰੇ ਸਾਹਮਣੇ ਬਹਿ ਕੇ ਇਹ ਬੋਲਿਆ ਗਿਆ ਸੀ, ਫਿਲਮ ਦੇ ਵਿੱਚ ਆਪਣੇ ਮੁੱਖ ਕਿਰਦਾਰ ਹੈਗੇ ਨੇ ਤਰਸੇਮ ਪਾਲ ਸਰ, ਵੀ ਉਹਨਾਂ ਨੇ ਇਹ ਫਿਲਮ ਕਿਉਂ ਕੀਤੀ,
की लोड़ पई सी है ना भी कोई नॉन चेहरे नहीं आ होर इदा करके क्रिटिसाइज किया गया मेरे सामने ही जी। मैं क्या चलो कोई नहीं जो अपनी फिल्म आई सब ने है ना बी रिस्पोंस मिलिया देखा हूँ सारे पता लग गया भी यह कुड़ी रुकने वाली है नहीं गी शवाब फिर तुसी मतलब अपनी एक चीज़ क्रिएट करके दें हो बर्बली नहीं देंगे कुछ दिखाने भी आ जवाब मैं दे रही हूँ मेरे ख्याल के ना बर्बली जवाब देने नालों अपना काम जवाब दे भी वधिया ते सब तो साड़ी जिहड़ी विलक्खण गल है लंबड़दारी दे विच मेरी दोस्त आ कुड़ी बहुत अच्छी मेरी फ्रेंड आ कुल्लू पनेसर आस्ट्रेलिया तो असी मिलिया भी नहीं सी ते कहंदे हुंदे ने कुड़ियां गठियां काम नहीं करदियां पर असी उस रीत नूं भी तोड़िया असी दोनों को प्रोड्यूसर्स भी हाँ असी दोनों ने पैसे लगाया फिल्म दे विच ते मतलब कुल्लू ने इन्ना मेरे ते यकीन किया किसी भी चीज़ से इंटरफेयर नहीं कुछ नहीं फिल्म बनन तक कि हुण तक भी कुछ नहीं है ना इंटरफेयर नहीं पर मतलब मैनू यह लगता भी जो कुड़ियां कुछ ठान लैन तो फिर वह करके ही छड़ दियां ਇਹ ਵੀ ਇੱਕ ਨਵੀਂ ਪਿਰਤਾ ਕਿ ਦੋ ਕੁੜੀਆਂ ਦਾ ਪ੍ਰੋਜੈਕਟ ਹੈ ਲੰਬੜਦਾਰੀ ਉਹ ਵੀ ਕੀ ਕਹਿੰਦੇ ਹੁੰਦੇ ਆ ਵੀ ਕੁੜੀ ਦੂਜੀ ਕੁੜੀ ਨੂੰ ਅੱਗੇ ਵੱਧਦਾ ਨਹੀਂ ਵੇਖ ਸਕਦੀ ਹੈ ਨਾ ਤੁਸੀਂ ਉਹ ਵੀ ਤੋੜਤਾ ਆ ਫਿਰ ਬਿਲਕੁਲ ਇੱਦਾਂ ਦਾ ਨਹੀਂ ਆ ਜੀ ਕਿਉਂਕਿ ਤੁਹਾਨੂੰ ਤੁਹਾਡੇ ਵਰਗੇ ਲੋਕ ਅਗਰ ਮਿਲ ਜਾਂਦੇ ਆ ਹੈ ਨਾ ਫਿਰ ਤੁਸੀਂ ਕਾਮਯਾਬ ਵੀ ਹੋ ਜਾਂਦੇ ਹੋ ਅਤੇ ਫਿਰ ਤੁਹਾਡੀ ਨਿਭਦੀ ਵੀ ਆ ਚੱਕਰ ਪੈਂਦਾ ਆਪਣੀ ਸੋਚ ਦਾ ਸੋ ਉਹ ਚੀਜ਼ ਦੀ ਇੱਕ ਮਿੱਥ ਵੀ ਮਿੱਥ ਨਹੀਂ ਟੁੱਟੀ ਤੁਸੀਂ ਕਹਿ ਲਓ ਕਿ ਇੱਕ ਅਸੀਂ ਨਵਾਂ ਕੀਰਤੀਮਾਨ ਸ਼ੁਰੂ ਕੀਤਾ ਸਾਡੀ ਕੰਪਨੀ ਦਾ ਨਾਮ ਆਉਂਦਾ ਕੌਰਸ ਪ੍ਰੋਡਕਸ਼ਨ ਜੀ ਅਸੀਂ ਇਕੱਠੀਆਂ ਰਹਿੰਦੀਆਂ ਨਹੀਂ ਅਸੀਂ ਫਿਲਮ ਤੋਂ ਪਹਿਲਾਂ ਮਿਲੀਆਂ ਵੀ ਨਹੀਂ ਸੀ ਮਤਲਬ ਅਸੀਂ ਬਿਜ਼ਨਸ ਸਟਾਰਟ ਕਰ ਲਿਆ ਅਸੀਂ ਦੋਨੋਂ ਆਪਸ ਵਿੱਚ ਜਿਵੇਂ ਕਹਿ ਲਓ ਇੱਦਾਂ ਮਿਲੇ ਨਹੀਂ ਸੀ ਬੈਠ ਕੇ ਅੱਛਾ ਜੀ ਫੋਨ 'ਤੇ ਹੀ ਗੱਲ ਹੁੰਦੀ ਸੀ ਉਹਨਾਂ ਨੂੰ ਬੁੱਕ ਅੱਖਰਾਂ ਦਾ ਰਾਤ ਇੱਕ ਤਾਂ ਵੀ ਆ ਸਾਨੂੰ ਮਿਲਾਉਣ ਵਾਲੀ ਅੱਛਾ ਜੀ ਅਤੇ ਉਹਨਾਂ ਨੂੰ ਪਸੰਦ ਸੀ ਫਿਰ ਮੈਂ ਆਸਟ੍ਰੇਲੀਆ ਭੇਜੀ ਪੜ੍ਹੀ ਮਤਲਬ ਉਸ ਤੋਂ ਸਾਡੀ ਦੋਸਤੀ ਵੱਧਦੀ ਵੱਧਦੀ ਕਿ ਅੱਜ ਅਸੀਂ ਦੋਨੋਂ ਪਾਰਟਨਰ ਹੋ ਗਈਆਂ ਨਾ ਅਤੇ ਕੰਮ ਵੀ ਸਾਡਾ ਹੈ ਨਾ ਪੰਜਾਬੀਆਂ ਨੇ ਬਹੁਤ ਸਲਾਹੀ ਆ ਫਿਲਮ ਬਈ ਬਹੁਤ ਅੱਛੇ ਤੁਸੀਂ ਮੁੱਦੇ ਚੱਕੇ ਕਿਉਂਕਿ ਅਸੀਂ ਹੈ ਨਾ ਆਪਾਂ ਕਿਸਾਨ ਫੈਮਿਲੀ ਨਾਲ ਜੁੜੇ ਹੋਏ ਹਾਂ ਜੀ ਬਈ ਹਰ ਜਗ੍ਹਾ 'ਤੇ ਆਪਾਂ ਦੂਜਿਆਂ ਨੂੰ ਨਿੰਦੀ ਜਾਈਏ ਬੈਟਰ ਆ ਕਿ ਅਸੀਂ ਆਪਣੀਆਂ ਕਮੀਆਂ ਵੀ ਦੇਖੀਏ ਬਿਲਕੁਲ ਆਪਣੇ ਵੀ ਜਿਵੇਂ ਕਹਿੰਦੇ ਹੁੰਦੇ ਆ ਪੀੜ੍ਹੀ ਹੇਠ ਸੋਟਾ ਵੀ ਮਾਰੀਏ ਸੋ ਉਹੀ ਕੋਨਸੈਪਟ ਆ ਫਿਲਮ ਦੇ ਵਿੱਚ ਕਿ ਸਾਨੂੰ ਅੱਡੀਆਂ ਚੱਕ ਕੇ ਫਾਹਾ ਨਹੀਂ ਲੈਣਾ ਚਾਹੀਦਾ ਕਰਜ਼ਾ ਉਸ ਹਿਸਾਬ ਨਾਲ ਲਓ ਮਸ਼ੀਨਰੀ ਜਿੰਨੀ ਜ਼ਰੂਰਤ ਆ ਉਨੀ ਲਓ ਨਜਾਇਜ਼ ਹੀ ਲੋਹਾ ਲਿਆ ਕੇ ਖੜਾ ਕਰ ਲਓ ਉਹਦੀ ਆਪਾਂ ਹੈ ਨਾ ਉਹ ਤੋਂ ਆਪਾਂ ਕਰਾਉਣਾ ਕੀ ਹੈ ਕਰਜ਼ੇ ਥੱਲੇ ਆਪਾਂ ਦੱਬਦੇ ਹਾਂ ਸੋ ਇੱਦਾਂ ਦਾ ਮੀਨਿੰਗਫੁਲ ਕੋਨਸੈਪਟ ਹੈਗਾ ਅੱਗੇ ਹੁਣ ਫਿਰ ਦੀਪ ਹੋਰੀ ਕਿਤਾਬਾਂ ਵੱਲ ਜਾਣਗੇ ਜਾਂ ਫਿਰ ਫਿਲਮਾਂ ਵੱਲ ਫਸਟ ਪ੍ਰਾਇਓਰਟੀ ਫਿਲਮਾਂ ਵੱਲ ਕਿਤਾਬਾਂ ਤਾਂ ਲਿਖੀਆਂ ਜਾਂਦੀਆਂ ਜੀ ਕਿਤਾਬ ਐਕਚੁਅਲੀ ਮਿੱਥ ਕੇ ਨਹੀਂ ਲਿਖੀ ਜਾਂਦੀ ਕਿਤਾਬ ਤੁਹਾਡੇ ਇੱਕ ਤੁਹਾਡੇ ਵਿੱਚ ਹੋਣਾ ਚਾਹੀਦਾ ਕਿਉਂਕਿ ਹੁਣ ਵੀ ਮੇਰੇ ਕੋਲ ਕਾਫੀ ਸਾਰਾ ਮੈਟਰ ਪਿਆ ਕਿਤਾਬਾਂ ਦਾ ਫਿਰ ਮੈਂ ਸੋਚਿਆ ਵੀ ਇਹ ਮੈਟਰ ਤਾਂ ਪਿਆ ਵੀ ਹੁਣ ਥੋੜ੍ਹਾ ਫਿਲਮ ਲਾਈਨ 'ਚ ਕੰਮ ਕਰ ਲੈਂਦੇ ਹਾਂ ਅੱਗੇ ਅੱਗੇ ਬੁੱਢੇ ਹੋ ਕੇ ਫਿਰ ਤੁਹਾਨੂੰ ਲਾਈਮ ਲਾਈਟ 'ਚ ਰਹਿਣ ਲਈ ਤੁਹਾਡੇ ਕੋਲ ਕੀ ਆ ਕੁਛ ਨਹੀਂ ਫਿਰ ਆਪਾਂ ਇੱਕ ਇੱਕ ਕਿਤਾਬ ਛਾਪਦੇ ਜਾਵਾਂਗੇ ਤੁਸੀਂ ਪਲਾਨ ਕਰ ਲਿਆ ਵੀ ਹੁਣ ਮੈਂ ਪਹਿਲਾਂ ਫਿਲਮਾਂ ਲਈ ਕੰਮ ਕਰੂੰਗੀ ਫਿਰ ਜਦੋਂ ਮੈਂ ਬੁੱਢੀ ਹੋ ਜੂੰਗੀ ਤੁਹਾਨੂੰ ਲੱਗਦਾ ਤੁਸੀਂ ਬੁੱਢੇ ਹੋਣਾ ਹੈ ਹੋਣਾ ਤਾਂ ਨਹੀਂ ਚਾਹੁੰਦੀ ਪਰ ਹੋ ਹੀ ਜਾਊਂਗੀ ਠੀਕ ਹੈ ਉਦੋਂ ਤੱਕ ਲਈ ਤੁਸੀਂ ਰੱਖਿਆ ਫਿਰ ਕਿਤਾਬ ਉਦੋਂ ਤੱਕ ਲਈ ਰੱਖਿਆ ਓਕੇ ਕਿਉਂਕਿ ਦੇਖੋ ਵੀ ਇੱਕ ਪਲਾਨ ਨਾਲ ਚੱਲਣਾ ਪੈਂਦਾ ਹੈ ਨਾ ਪੈਸਾ ਤਾਂ ਫਿਲਮ ਲਾਈਨ 'ਚੋਂ ਹੀ ਮਿਲੂਗਾ ਤੇ ਕਿਤਾਬਾਂ 'ਚੋਂ ਤਾਂ ਪੈਸਾ ਨਹੀਂ ਮਿਲਦਾ ਤਾਂ ਮੈਂ ਪੱਲਿਓਂ ਖਰਚ ਕੇ ਹੀ ਛਾਪੀ ਆ ਹੈ ਨਾ ਇਹ ਤਾਂ ਹੈ ਇਹ ਇਤਰਾਜ਼ਦੀ ਹੈ ਹਾਂਜੀ ਫਿਰ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਕਿਤਾਬਾਂ ਲਈ ਉਦੋਂ ਫਿਰ ਫਿਲਮ ਲਾਈਨ ਤੋਂ ਕਮਾਇਆ ਹੋਊਗਾ ਹੈ ਨਾ ਫਿਰ ਲੋਕਾਂ ਤੋਂ ਇਕੱਠਾ ਕਰੂੰਗੀ ਨਾ ਲੋਕ ਫਿਲਮਾਂ ਪਸੰਦ ਕਰਨਗੇ ਕਮਾਉਂਗੇ ਤੇ ਆਫਕੋਰਸ ਕਿਤਾਬਾਂ ਰਾਹੀਂ ਵਾਪਸ ਮੋੜ ਦੂੰਗੀ ਅੱਛਾ ਬੜੇ ਪਲਾਨ ਦੇ ਚੱਲ ਰਹੇ ਹੋ ਤੁਸੀਂ ਵੀ ਐਵੇਂ ਪੈਸਾ ਇਕੱਠਾ ਕਰਨਾ ਫਿਰ ਮੈਂ ਐਵੇਂ ਅਗਲੀ ਚੀਜ਼ ਐਵੇਂ ਲੈ ਕੇ ਆਉਣੀ ਆ ਚਲੋ ਉਮੀਦ ਕਰਦੇ ਹਾਂ ਅਸੀਂ ਅਤੇ ਦੁਆਵਾਂ ਸਾਡੇ ਵੱਲੋਂ ਹੈ ਨਾ ਤੁਹਾਡਾ ਕੰਮ ਐਵੇਂ ਹੀ ਚੱਲੇ ਅਤੇ ਇੱਕ ਬੜੀ ਚੀਜ਼ ਤੁਸੀਂ ਬੜੇ ਪੋਜ਼ਿਟਿਵ ਹੋ ਜੇ ਕੁਛ ਨੈਗੇਟਿਵ ਵੀ ਜਿਵੇਂ ਤੁਸੀਂ ਦੱਸਿਆ ਮੇਰੇ ਨਾਲ ਐਵੇਂ ਐਵੇਂ ਹੋਇਆ ਆ ਇਹ ਪੋਜ਼ਿਟਿਵਿਟੀ ਦਾ ਕੀ ਰਾਜ਼ ਹੈ ਪੋਜ਼ਿਟਿਵਿਟੀ ਦਾ ਰਾਜ ਕਹਿ ਲਓ ਜੀ ਜਾਂ ਤੁਸੀਂ ਕਹਿ ਲਓ ਹਾਲਾਤ ਤੁਹਾਨੂੰ ਮਜ਼ਬੂਤ ਬਣਾ ਦਿੰਦੇ ਆ ਹੈ ਨਾ ਪਹਿਲਾਂ ਨਾ ਜਦੋਂ ਆਪਾਂ ਛੋਟੇ ਹੁੰਦੇ ਸੀ ਇੱਕ ਆਰ ਸ਼ਬਦ ਤੁਸੀਂ ਸੁਣਿਆ ਨਹੀਂ ਹੋਣਾ ਆਰ ਹੁੰਦੀ ਹੈ ਜਿਵੇਂ ਬਲਦ ਜਿਨ੍ਹਾਂ ਨਾਲ ਵਾਹੁੰਦੇ ਹੁੰਦੇ ਆ ਖੇਤ ਬਲਦਾ ਨਾ ਹਲ ਉਹ ਇੱਕ ਸੋਟੀ ਹੁੰਦੀ ਆ ਸੋਟੀ ਦੇ ਅੱਗੇ ਤਿੱਖੀ ਜਿਹੀ ਮੇਖ ਲੱਗੀ ਹੁੰਦੀ ਆ ਜਦੋਂ ਤੱਕ ਬਲਦ ਦੇ ਮਾਰੋ ਨਾ ਉਹ ਚੱਲਦਾ ਨਹੀਂ ਅੱਛਾ ਜੀ ਹਾਂ ਮੈਂ ਦੇਖੀਏ ਮੇਰੇ ਨਾਨਕੇ ਹੈਗੀ ਆ ਹਾਂ ਉਹਨੂੰ ਕਹਿੰਦੇ ਆ ਵੀ ਆਰ ਜਦੋਂ ਤੱਕ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਮੈਂ ਇਹ ਨਹੀਂ ਕਹਿੰਦੀ ਕਿ ਉਹ ਆਪਣੇ ਨੈਗੇਟਿਵਿਟੀ ਫੈਲਾਉਂਦੇ ਆ ਲੋਕ ਨਹੀਂ ਨਹੀਂ ਉਹ ਆਪਾਂ ਨੂੰ ਆਰ ਲਾਉਂਦੇ ਆ ਸਲੋ ਕਿਉਂ ਹੋ ਗਏ ਤੇਜ ਹੋ ਸਲੋ ਕਿਉਂ ਹੋ ਗਏ ਜਦੋਂ ਤੱਕ ਉਹ ਆਰ ਨਹੀਂ ਲੱਗਦੀ ਤੁਸੀਂ ਕੁਛ ਬਣ ਨਹੀਂ ਸਕਦੇ ਹੋ ਸਕਦਾ ਕਿ ਮੈਨੂੰ ਆਰਾਂ ਨਾ ਲੱਗਦੀਆਂ ਤੇ ਮੈਂ ਬਸ ਫਿਲਮ ਲਾਈਨ ਛੋਟੇ ਮੋਟੇ ਰੋਲ ਹੀ ਕਰਦੀ ਹੁੰਦੀ ਜ਼ਿਆਦਾ ਤੋਂ ਜ਼ਿਆਦਾ ਹੈ ਨਾ ਕਿੰਨਾ ਕੁ ਫੀਮੇਲ ਆਰਟਿਸਟ ਲਈ ਕਰਨ ਲਈ ਕਿੰਨਾ ਕੁ ਕੁਛ ਹੁੰਦਾ ਫਿਲਮਾਂ 'ਚ ਸਾਰਿਆਂ ਨੂੰ ਪਤਾ ਹੈ ਨਾ ਪਰ ਸੱਚਵਰਡ ਮੇਰੀਆਂ ਫਿਲਮਾਂ 'ਚ ਤੁਸੀਂ ਦੇਖੋਗੇ ਕਿ
एक फीमेल करैक्टर नूं वी एक इदां दा मिलू कि जो डिजर्व करदे उहनां नूं ओह मिलूगा। अपनी जिहड़ी रामू की वीवी ऐसे तरह दा कॉन्सैप्ट आपां जस्ट हुण रिलीज़ करने आ। उह सो कहण दा मतलब इह आ वी अगल किसी नाल लड़ो, कॉम्पीटिशन करो, उहदा कोई मतलब नहीं बनना जी। अपनी एक लाइन आ, तुहाडा एक ट्रैक है, आपां उहदे ते जाणा अगे जी। हजारां लोग चल रहे ने, हजारां लोग स्ट्रगल करदे ने, काम कर रहे ने, वो कर रहे ने ना, उन्होंने करन दो, असीं उन्होंने क्यों छेड़ना। आपां की करना, अपना ध्यान उत्थे रखो। बाकी ये भी जेड़े आपां नूं आके आर ला जांदे ने थैंक यू सो मच, वो ना हुंदे तां शायद अज मैं फिल्म डायरेक्टर ना बनदी जी, ते मैं इत्थे घूमदी रहिंदी। ठीक है, कोई माड़ी मोटी जॉब करदी हुंदी, कदे कदे कोई रोल मिल गया, ओके ठीक है, खुश होके कर रहे करदी, ते असीं तुहानूं इंटरव्यू ना कर रहे हुंदे। बिलकुल, मैं इत्थे ना बैठी हुंदी। बिलकुल, थैंक यू सो मच, तुसीं आए साडे वेहड़े दे विच, असीं तुहाडे नाल गलबात कीती ते सानूं पता लग्गिया। ये चीज़ मैनूं बड़ी प्यारी लगी, तुसीं ये आर वाली गल बड़ी प्यारी कही है वी उह लोग तुहानूं आर लाउंदे आ वी तुसीं अगे वधदे जाओ, है ना। ये इंटरव्यू सुन के हट ना जाण मैनूं, आर लगदी रहिणी चाहीदी है ना। बिलकुल, मैं स्लो हो जांदी आ फिर, जदों तक मैनूं अच्छा ये क्या, फिर मैं ना स्पोर्ट्स परसन हाँ, ते जदों तक तां बंदा कहे भी ओके ठीक आ कर रहे हैं, जदों कहना ना आ तां नहीं तेरे तो होना, नहीं ये मेरे तो ही होगा, जो ते सब तो वधिया भी मेरे तो ही होगा। ये फिर पांगली है पिंड दी कुड़ी बोल जांदी अंदर, वो ना पंगा लै के वेखो तुसीं मेरे नाल, गरारी अड़ गई कह लो पिंड वाला सावा भी, फिर गरारी अड़ जांदी है, जिथे गरारी अड़ गई फिर वो काम सिरे लाउणे हुंदा। ठीक है, क्योंकि जदों थोड़ियां नीतां सच्चियां ने, तुसीं एक शिद्दत नाल मेहनत करदे हो, परमात्मा तुहानूं उहदा फल जरूर दिंदा। मैं नहीं कहिंदी कि मैं बहुत वड्डियां वड्डियां हिट फिल्मां बनाऊंगी, हाँ विलक्खण फिल्मां जरूर बनाऊंगी जी, मेहनत मौलिक बनाऊंगी, मेहनत कीती दिखूगी, ये जरूर करूंगी जी। ते असीं वी उम्मीद करदे हां कि दीप गिल होरी सानूं आने वाले दिनों के आने वाले समय के पंजाबी फिल्म इंडस्ट्री के एक चंगे तजर्बा, एक चंगा तजर्बा थोड़ा होवे, है ना, एक चंगी फिल्मां तुसी लैके आओ। असी साड़ियां दुआवां भी ने, साड़ी उम्मीद भी आ, है ना, कि क्योंकि इंडस्ट्री च ये लोड हैगी आ कि औरतां दे उत्ते काम होवे, औरतां काम करन पंजाब दे विच, खास करके बीबियां अगे आउण, है ना, काम करन, काम करन, ते ओह एक सैल्फ रिस्पैक्ट दे नाल जो डिजर्व करदियां ने ओह काम करन। साडी साडियां पंजाब दियां औरतां मोढ़े नाल मोढ़ा डा के खेतों च भी काम करदियां, जिम्मेवारियां भी निभाउंदियां, नौकरियां भी करदियां, सारा कुछ करदियां। अजकल तां तुसीं देख लो, ते फिर ओह फिल्म लाइन दे विच उहनां नूं टाइम पास लई जां शो पीस वाले रोल क्यों दित्ते जाण। मैं एक इंटरव्यू सुन रही सी कुल सिद्धू होरां दी शायद, ते उहनां ने उहदे विच कहा सीगा कि भी अज भी सानू कुड़ियां नू घट पे कीता जांदा है। हाँ जी, फिल्म इंडस्ट्री चाहे इत्थे आ, ते सेम बॉलीवुड दे विच भी उत्थों दी भी एक्ट्रेसेस कहंदियां ने भी मेल एक्टर नू ज्यादा पे कीता जांदा, फीमेल नू घट, फीमेल नू घट कीता, इतराज़ी है, ते ये बिल्कुल खत्म होनी चाहीदी है ना। जदों आपां अजोके दौर च निकल रहे हैं, जदों असीं कह रहे हैं कि असीं हर एक थां दे उत्ते कुड़ियां तों बराबर काम लैणा आ, कुड़ियां बराबर जे जॉब कर रहीयां ने तां घर दा काम क्यों नहीं करदियां, है ना, ये तमाम चीज़ां हैगियां, तमाम चीज़ां हैगियां, है ना। ਤੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਚੰਗੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ, ਧੰਨਵਾਦ ਜੀ, ਸ਼ੁਕਰੀਆ। ਤਾਂ ਇਹ ਸਨ ਸਾਡੇ ਨਾਲ ਦੀਪ ਗਿੱਲ ਪਾਂਗਲੀਆ, ਤੇ ਜਿਨ੍ਹਾਂ ਦੀ ਕਿਤਾਬ ਆਈ ਹੈ ਅੱਖਰਾਂ ਦਾ ਰੱਥ, ਤੇ ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਆ ਚੁੱਕੀ ਹੈ ਲੰਬੜਦਾਰੀ, ਜਿਸ ਦੇ ਵਿੱਚ ਉਹਨਾਂ ਨੇ ਖੁਦ ਡਾਇਰੈਕਸ਼ਨ ਕੀਤੀ ਹੈ, ਕਹਾਣੀ ਉਹਨਾਂ ਦੀ ਸੀ, ਤੇ ਗਾਣੇ ਵੀ ਆ ਚੁੱਕੇ ਨੇ, ਤੇ ਉਹਨਾਂ ਦੀ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਆ, ਉਹਨਾਂ ਦੀਆਂ ਇਹ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਨੇ, ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸ ਸਕਦੇ ਹੋ। ਧੰਨਵਾਦ।